ਸੁਖਪਾਲ ਸਿੰਘ ਖਹਿਰਾ ਜੀ ਨੇ SIT ਦੀਆਂ ਡਰੱਗਸ ਦੀਆਂ ਤਿੰਨ ਰਿਪੋਰਟਾਂ ਦੇ ਮਸਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੇ ਉੱਤੇ ਸਵਾਲ ਚੁੱਕੇ ਆ। ਆਓ ਸੁਣਦੇ ਹਾਂ ਕੀ ਕਹਿ ਰਿਹਾ ਸੁਖਪਾਲ ਸਿੰਘ ਖਹਿਰਾ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਬੜੇ ਅਹਿਮ ਮੁੱਦੇ ਤੇ ਚਰਚਾ ਕਰਦੀ ਹਾਂ। ਮੁੱਦਾ ਹੈ ਡਰੱਗਸ ਦਾ ਪੰਜਾਬ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਡਰੱਗਸ ਦੇ ਵਿਸ਼ੇ ਨੂੰ ਲੈ ਕੇ, ਔਰ ਇੱਥੋਂ ਤੱਕ ਬਦਨਾਮੀ ਚੱਲਦੇ ਚੱਲਦੇ ਕਿ ਹਾਈ ਕੋਰਟ ਨੇ 7-8 ਸਾਲ ਪਹਿਲਾਂ ਜਸਟਿਸ ਸੂਰਿਆਕਾਂਤ ਹੁੰਦੇ ਸੀ ਹਾਈ ਕੋਰਟ ਦੇ ਜੱਜ, ਉਹਨਾਂ ਨੇ ਸੂਓ ਮੋਟੋ ਕੋਗਨੀਜੈਂਸ ਲੈ ਕੇ ਅਤੇ ਡਰੱਗਸ ਦੇ ਉੱਤੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਇਹਦੀ ਪ੍ਰੋਪਰ ਤਹਿਕੀਕਾਤ ਕਰੋ। ਉਸੇ ਦੌਰਾਨ ਤਕਰੀਬਨ 2018-19 'ਚ ਜਿਹੜਾ NCB ਹੈ, ਇੰਡੀਆ ਦੀ ਜਿਹੜੀ ਨਰਕੋਟਿਕਸ ਕੰਟਰੋਲ ਬਿਊਰੋ ਹੈ, ਉਹਨੇ ਰਿਪੋਰਟ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਦਾ ਧੰਦਾ ਇਹ 40,000 ਕਰੋੜ ਰੁਪਏ ਦਾ ਧੰਦਾ ਹੈ। 40,000 ਕਰੋੜਸ, ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 40,000 ਕਰੋੜ ਰੁਪਇਆ ਕਿਸੇ ਨੋਰਮਲ ਸਟੇਟ ਦਾ ਬਜਟ ਨਹੀਂ ਹੁੰਦਾ, ਜਿਹੜਾ ਸਾਡੇ ਪੰਜਾਬ ਦਾ ਸਿਰਫ ਡਰੱਗਸ ਦਾ ਧੰਦਾ ਸੀ। ਤਾਂਹੀਓ ਬੇਤਹਾਸ਼ਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਹੋਈਆਂ, ਇੱਥੋਂ ਤੱਕ ਕਿ ਲੜਕੀਆਂ ਵੀ ਇਸ ਨੈਕਸਸ ਤੋਂ, ਇਸ ਡਰੱਗ ਦੇ ਧੰਦੇ ਤੋਂ ਬਚ ਨਹੀਂ ਸਕੀਆਂ। ਬਹੁਤ ਸਾਰੀਆਂ ਲੜਕੀਆਂ ਦੀਆਂ ਵੀਡੀਓਜ਼ ਆਪਾਂ ਦੇਖੀਆਂ, ਜਾਨਾਂ ਗਵਾਈਆਂ। ਮਕਬੂਲਪੁਰਾ ਇੱਕ ਮੁਹੱਲਾ ਵਾ ਜਿੱਥੇ ਔਰਤਾਂ, ਬੱਚੇ, ਬੰਦੇ, ਬਜ਼ੁਰਗ ਸਭ ਡਰੱਗ ਐਡਿਕਟਸ ਨੇ। ਔਰ ਅੱਜ ਜਿਹੜਾ ਡਰੱਗਸ ਦਾ, ਤਾਂ ਮੈਂ ਵਿਸ਼ਾ ਚੱਕਿਆ ਕਿਉਂਕਿ ਅੱਜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਜਿਹੜੀਆਂ SIT ਦੀਆਂ ਤਿੰਨ ਰਿਪੋਰਟਸ ਕਾਫੀ ਅਰਸੇ ਤੋਂ ਬੰਦ ਲਿਫਾਫਿਆਂ ਵਿੱਚ ਹਾਈ ਕੋਰਟ ਕੋਲ ਪਈਆਂ ਸੀ, ਉਹ ਹਾਈ ਕੋਰਟ ਨੇ ਉਹਨਾਂ ਰਿਪੋਰਟਸ ਨੂੰ ਖੋਲ੍ਹਣ ਦੇ ਆਦੇਸ਼ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਦੇ ਦਿੱਤੇ। ਹਾਲਾਂਕਿ ਇੱਕ ਸਾਲ ਲੰਘ ਗਿਆ ਸੀ ਸਰਕਾਰ ਦਾ, ਇਹਨਾਂ ਨੇ ਕੋਈ ਯਤਨ ਨਹੀਂ ਕੀਤੇ ਪੁਖਤਾ ਕਿ ਅਸੀਂ ਡਰੱਗਸ ਦੇ ਮਸਲੇ ਨੂੰ ਆਣ ਕੇ ਘੋਖ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਓਪੋਜੀਸ਼ਨ ਸੀ ਉਦੋਂ ਕੈਪਟਨ ਔਰ ਬਾਦਲ ਦੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਰਹੇ ਇਹ ਭਗਵੰਤ ਸਿੰਘ ਮਾਨ ਕਿ ਇਹ ਡਰੱਗਸ ਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕਰਦੇ। ਹੁਣ ਚਲੋ ਇੱਕ ਸਾਲ ਬੀਤ ਗਿਆ, ਹੁਣ ਹਾਈ ਕੋਰਟ ਨੇ ਆਪ ਹਦਾਇਤ ਦਿੱਤੀ ਸਰਕਾਰ ਨੂੰ, ਔਰ ਭਗਵੰਤ ਮਾਨ ਨੇ ਟਵੀਟ ਕੀਤਾ ਅੱਜ ਤੋਂ ਇੱਕ ਹਫ਼ਤਾ ਪਹਿਲਾਂ, ਤੁਸੀਂ ਉਹਨਾਂ ਦੇ ਟਵਿੱਟਰ ਅਕਾਊਂਟ 'ਤੇ ਦੇਖ ਸਕਦੇ ਹੋ ਕਿ ਡਰੱਗਸ ਦੀਆਂ ਤਿੰਨ ਰਿਪੋਰਟਸ ਮੇਰੇ ਕੋਲ ਆ ਗਈਆਂ ਔਰ ਇਹਦੇ 'ਤੇ ਅਸੀਂ ਠੋਸ ਕਾਰਵਾਈ ਕਰਾਂਗੇ। ਇੱਕ ਹਫ਼ਤੇ 'ਤੇ ਭਗਵੰਤ ਮਾਨ ਦੀ ਕੋਈ ਐਕਸ਼ਨ ਨਹੀਂ, ਇੰਨਾ ਵੀ ਨਹੀਂ ਕਿ ਮੈਂ ਇਸ ਦੀ ਕੋਈ ਫਰਦਰ ਜਾਂਚ ਦਿੱਤੀ, ਕਿਉਂਕਿ ਜਿਹੜੀਆਂ ਤਿੰਨ SIT ਰਿਪੋਰਟਸ ਹੈ ਉਹ ਕੰਕਲੂਸਿਵ ਜਾਂਚ ਨੀਗੀ। ਉਹਨਾਂ ਨੇ ਬਰੋਡਲੀ ਜਾਂਚ ਕਰਕੇ ਜਿਹੜਾ ਨੈਕਸਸ ਸੀਗਾ ਉਹਨੂੰ ਅਨਅਰਥ ਕੀਤਾ, ਜਿਹਦੀ ਅੱਗੇ ਜਾਂਚ ਬਹੁਤ ਇੰਪੋਰਟੈਂਟ ਕਰਨੀ ਬਣਦੀ ਹੈ। ਜਿਹੜੀਆਂ ਤਿੰਨ ਰਿਪੋਰਟਸ ਵਿੱਚ ਜਿਹੜਾ ਮੇਨ ਇਸ਼ੂ ਆਇਆ ਕਿ ਇੱਕ ਇੰਦਰਜੀਤ ਸਿੰਘ ਜਿਹੜਾ ਅਸਲ ਵਿੱਚ ਹੈੱਡ ਕਾਂਸਟੇਬਲ ਸੀਗਾ, ਹੌਲਦਾਰ ਸੀਗਾ, ਉਹਨੂੰ ਸਰਕਾਰ ਨੇ ਮਿਹਰਬਾਨੀ ਕਰ ਕਰਕੇ ORP ਰੈਂਕਸ ਦੇ ਕੇ ਉਸ ਨੂੰ ਥੋੜ੍ਹੇ ਜਿਹੇ ਅਰਸੇ ਦੇ ਵਿੱਚ ਇੰਸਪੈਕਟਰ ਦਾ ਰੈਂਕ ਦੇ ਦਿੱਤਾ ਸੀਗਾ, ਬਟ ਕਾਗਜ਼ਾਂ ਵਿੱਚ ਹੀ ਕੰਟੀਨਿਊਸ ਟੂ ਬੀ ਏ ਹੈੱਡ ਕਾਂਸਟੇਬਲ। ਹੁਣ ਡਰੱਗਸ ਦੇ ਉਹਨੂੰ ਔਰ ਉਹਨੂੰ ਡਰੱਗਸ ਦਾ ਐਕਸਪਰਟ ਸ਼ੋਅ ਕਰ ਦਿੱਤਾ, ਉਹਦੇ ਖਿਲਾਫ਼ ਇੰਦਰਜੀਤ ਸਿੰਘ ਜਿਹੜਾ ਹੁਣ ਪਟਿਆਲੇ ਦੀ ਜੇਲ੍ਹ ਵਿੱਚ ਨਜ਼ਰਬੰਦ ਆ, ਅਰੈਸਟਡ ਆ, ਜਿਹੜੀ ਹਰਪ੍ਰੀਤ ਸਿੰਘ ਸਿੱਧੂ ਨੇ ਜਦੋਂ SIT ਬਣਾਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਉਸਨੇ ਉਸ ਨੂੰ ਅਰੈਸਟ ਕੀਤਾ। ਜਦੋਂ ਇੰਦਰਜੀਤ ਸਿੰਘ ਇੱਕ ਪੁਲਿਸ ਦਾ ਹੈੱਡ ਕਾਂਸਟੇਬਲ ORP ਇੰਸਪੈਕਟਰ ਰੈਂਕ ਦਾ ਪੁਲਿਸ ਆਫਿਸਰ ਨੂੰ ਅਰੈਸਟ ਕੀਤਾ, ਉਹਦੇ ਘਰੋਂ ਸ਼ਾਇਦ 5 ਕਿਲੋ ਹੀਰੋਇਨ ਲੱਭੀ ਆ, 4-5 ਕਿਲੋ ਚਿੱਟਾ ਲੱਭਿਆ ਵਾ, ਕਈ AK-47 ਰਾਈਫਲਾਂ ਲੱਭੀਆਂ ਨੇ, ਔਰ ਉਹਦੇ ਨਾਲ ਇੱਕ ਅੱਧਾ ਹੌਲਦਾਰ, ਇੱਕ ਅੱਧਾ ਸਿਪਾਹੀ ਉਹਨਾਂ ਨੇ ਅਰੈਸਟ ਕਰਕੇ ਅਤੇ ਉਹਨੂੰ ਜੇਲ੍ਹ ਭੇਜ ਦਿੱਤਾ। ਕੀ ਤੁਸੀਂ ਮੰਨ ਸਕਦੇ ਆਪਾਂ ਸਾਰੇ ਕਿ 40,000 ਕਰੋੜ ਰੁਪਏ ਦਾ ਡਰੱਗਸ ਦਾ ਧੰਦਾ ਹੋਵੇ ਅਤੇ ਸਿਰਫ ਇੱਕ ਇੰਸਪੈਕਟਰ, ਯਾਨੀ ਕਿ ਭਾਵ ਕਿ ਇੱਕ ਅਸਲ ਰੈਂਕ ਦਾ ਹੌਲਦਾਰ ਉਸ ਧੰਦੇ ਨੂੰ ਚਲਾਉਂਦਾ ਹੋਊਗਾ, ਔਰ ਉਸ ਦੇ ਖਿਲਾਫ਼ 14 ਡਿਪਾਰਟਮੈਂਟਲ ਇਨਕੁਆਇਰੀਜ਼ ਅਤੇ 3 ਭ੍ਰਿਸ਼ਟਾਚਾਰ ਦੇ ਕੇਸਿਸ ਹੋਣ, ਫਿਰ ਵੀ ਉਸ ਨੂੰ ਪ੍ਰਮੋਟ ਕੀਤਾ ਗਿਆ? ਔਰ ਪ੍ਰਮੋਸ਼ਨਸ ਜਿਹੜੀਆਂ ਕੋਈ SSP ਨਹੀਂ ਦੇ ਸਕਦਾ, ਕਿਸੇ ਜ਼ਿਲ੍ਹੇ ਵਿੱਚ ਬੈਠਾ ਕੋਈ ਅਫਸਰ ਨਹੀਂ ਦੇ ਸਕਦਾ, ਪ੍ਰਮੋਸ਼ਨਸ ਮਿਲਦੀਆਂ ਨੇ ਹੈੱਡਕੁਆਰਟਰਸ, ਪੰਜਾਬ ਪੁਲਿਸ ਦੇ ਹੈੱਡਕੁਆਰਟਰਸ ਤੋਂ, ਉੱਪਰ ਬੈਠੇ ਇਹਨਾਂ ਦੇ ਬੋਸਸ ਤੋਂ। ਹੁਣ ਜੇ ਆਪਾਂ ਗੱਲ ਕਰ ਲਈਏ ਇਕੱਲੇ ਜਿਹੜੀਆਂ SIT ਰਿਪੋਰਟਸ, ਉਹਦੇ 'ਚ ਮੈਂ ਕਹਿਣਾ ਚਾਹੁੰਦਾ ਵਾਂ ਕਿ ਉਸ SIT ਰਿਪੋਰਟ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਉਹਨਾਂ ਨੇ ਕਿ ਡਾਇਰੈਕਸ਼ਨ ਦਿੱਤੀ ਹਾਈ ਕੋਰਟ ਨੇ SIT ਨੂੰ ਕਿ ਫਰਦਰ ਇਨਵੈਸਟੀਗੇਟ ਕਰੋ ਕਿ ਇੰਦਰਜੀਤ ਸਿੰਘ ਜਿਹੜਾ ਹੌਲਦਾਰ ਸੀਗਾ ਇਹਦੇ ਕਿਹੜੇ ਕਿਹੜੇ ਅਫਸਰਾਂ ਦੇ ਨਾਲ ਤਾਲੁਕਾਤ ਸੀਗੇ। ਤਾਂ ਜਾਂਚ ਦੌਰਾਨ ਪਾਇਆ ਗਿਆ ਕਿ ਜਦੋਂ ਰਾਜਜੀਤ ਸਿੰਘ SSP ਲੱਗਿਆ ਤਰਨ ਤਾਰਨ, ਉਸ ਨੇ ਇੰਦਰਜੀਤ ਸਿੰਘ ਨੂੰ ਸਪੈਸ਼ਲ ਤੌਰ ਦੇ ਉੱਤੇ ਆਪਣੇ ਨਾਲ ਉਹਦੀ ਪੋਸਟਿੰਗ ਕਰਵਾਈ, 14 ਮਹੀਨੇ ਦੇ ਕਰੀਬ ਉਹ ਤਰਨ ਤਾਰਨ ਦੇ ਵਿੱਚ ਰਿਹਾ ਵਾ,
ਔਰ ਜਿਹੜਾ ਓ ਆਰ ਪੀ ਰੈਂਕ ਦਾ ਅਫਸਰ ਹੁੰਦਾ ਹੀ ਇਜ਼ ਨੋਟ ਇੰਟਾਈਟਲ ਟੂ ਫਾਈਲ ਐਨ ਡੀ ਪੀ ਐਸ ਕੇਸਿਸ, ਐਫ ਆਈ ਆਰ ਨਹੀਂ ਕਰ ਸਕਦਾ। ਮਿਨੀਮਮ ਇੰਸਪੈਕਟਰ ਰੈਂਕ ਦਾ ਅਫਸਰ ਜਿਹੜਾ ਵਾ ਉਹ ਐਨ ਡੀ ਪੀ ਐਸ ਵਿੱਚ ਐਫ ਆਈ ਆਰ ਕਰ ਸਕਦਾ। ਜਦੋਂ ਰਿਕਵਰੀ ਸ਼ੋਅ ਕਰਨੀ ਪੈਂਦੀ ਹੈ ਕੋਈ ਫੜੇ ਗਏ ਡਰੱਗਸ, ਉਹਦੇ 'ਚ ਇੱਕ ਗਜ਼ਟਿਡ ਅਫਸਰ ਮਿਨੀਮਮ ਡੀ ਐਸ ਪੀ ਰੈਂਕ ਦੇ ਅਫਸਰ ਨੂੰ ਪ੍ਰੈਜੈਂਟ ਹੋਣਾ ਪੈਂਦਾ ਜਦੋਂ ਰਿਕਵਰੀ ਸ਼ੋਅ ਹੁੰਦੀਆਂ, ਪਰ ਉੱਥੇ ਸਾਰਾ ਕਾਲਾ ਮਾਲਾ ਚੱਲਦਾ ਰਿਹਾ। ਅਤੇ ਹਾਈ ਕੋਰਟ ਨੇ ਉਸ ਰਿਪੋਰਟ ਜਿਹੜੀਆਂ ਭਗਵੰਤ ਸਿੰਘ ਮਾਨ ਦੇ ਕੋਲ ਪਈਆਂ ਉਹਦੇ 'ਚ ਰਾਜਜੀਤ ਸਿੰਘ ਮੇਰਾ ਜਾਣਕਾਰ ਆ, ਬਟ ਕੁਐਸਚਨ ਜਦੋਂ ਪੰਜਾਬ ਦਾ ਆਉਂਦਾ ਉਦੋਂ ਕੋਈ ਜਾਣਕਾਰ ਨਹੀਂ ਅਤੇ ਕੋਈ ਗੈਰ ਜਾਣਕਾਰ ਨਹੀਂ, ਫਿਰ ਗੱਲ ਸੱਚ ਦੀ ਕਰਨੀ ਪੈਂਦੀ ਆ। ਹੁਣ ਰਾਜਜੀਤ ਸਿੰਘ ਦੇ ਮੁਤਲਕ ਪਿਛਲੇ ਕਈ ਦਿਨਾਂ ਤੋਂ ਜਿਹੜਾ ਸਰਕਾਰੀ ਮੀਡੀਆ ਹੈ, ਬਹੁਤ ਸਾਰੇ ਪੱਤਰਕਾਰਾਂ ਨੂੰ ਮੈਂ ਪਰਸਨਲੀ ਜਾਣਦਾ ਜਿਹੜੇ ਪੇਡ ਨੇ ਸਰਕਾਰ ਵੱਲੋਂ, ਉਹਨਾਂ ਕੋਲੋਂ ਰਿਪੋਰਟਸ ਲਿਖਾਈਆਂ ਗਈਆਂ, ਤਿੰਨ ਚਾਰ ਰਿਪੋਰਟਸ ਫਾਈਲ ਹੋਈਆਂ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਐੱਸ ਆਈ ਟੀ ਰਿਪੋਰਟਸ ਚੀਫ ਮਿਨਿਸਟਰ ਕੋਲ ਪਈਆਂ ਨੇ, ਉਹਦੇ ਵਿੱਚੋਂ ਥੋੜ੍ਹੇ ਥੋੜ੍ਹੀ ਲੀਕੇਜ ਕਰਕੇ ਪੱਤਰਕਾਰਾਂ ਤੱਕ ਪਹੁੰਚਾਈ ਗਈ। ਚੰਗੇ ਚੰਗੇ ਜਿਹੜੇ ਨੈਸ਼ਨਲ ਪ੍ਰਿੰਟ ਮੀਡੀਆ ਦੇ ਪੱਤਰਕਾਰ ਨੇ, ਮੇਰਾ ਖਿਆਲ ਜਦੋਂ ਮੈਂ ਗੱਲ ਕਰ ਰਿਹਾ ਉਹ ਸਮਝ ਗਏ ਹੋਣਗੇ, ਉਹਨਾਂ ਕੋਲੋਂ ਇੱਕ ਰਿਪੋਰਟਸ ਛਾਇਆ ਕਰਾਈਆਂ ਗਈਆਂ ਅਖਬਾਰਾਂ ਦੇ ਵਿੱਚ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਹੈ ਅਤੇ ਇਹਦੇ 'ਚ ਕੋਈ ਹੋਰ ਇਨਵੋਲਵ, ਜਦਕਿ ਹਾਈ ਕੋਰਟ ਨੇ ਸਪੈਸੀਫਿਕਲੀ ਇਹ ਉਪਦੇਸ਼ ਦਿੱਤੇ ਨੇ, ਆਦੇਸ਼ ਦਿੱਤੇ ਨੇ ਕਿ ਇੰਦਰਜੀਤ ਸਿੰਘ ਹੈੱਡ ਕਾਂਸਟੇਬਲ ਦੀ ਰਾਜਜੀਤ ਸਿੰਘ ਦੇ ਨਾਲ ਨੈਕਸਸ ਜਿਹੜੀ ਆ ਇਹਦੀ ਪ੍ਰੋਪਰ ਫਰਦਰ ਇਨਕੁਆਇਰੀ ਹੋਣੀ ਚਾਹੀਦੀ ਆ। ਔਰ ਉਹਨਾਂ ਨੇ ਇਹ ਵੀ ਕੋਟ ਕੀਤਾ ਕਿ ਇਸ ਸਾਰੇ ਧੰਦੇ ਦੇ ਵਿੱਚ ਇੱਕ ਆਈ ਪੀ ਐੱਸ ਅਫਸਰ ਔਰ ਤਿੰਨ ਪੀ ਪੀ ਐੱਸ ਅਫਸਰਸ ਇਨਵੋਲਵ ਨੇ। ਹੁਣ 7-8 ਸਾਲ ਤੋਂ ਪਹਿਲਾਂ ਉਹ ਸੀਲਡ ਲਿਫਾਫਿਆਂ 'ਚ ਹੀ ਪਈਆਂ ਰਹੀਆਂ ਰਿਪੋਰਟਸ, ਉਸ ਤੋਂ ਬਾਅਦ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਹੁਣ ਜਦੋਂ ਰਿਪੋਰਟਸ ਆ ਗਈਆਂ, ਭਗਵੰਤ ਮਾਨ ਨੇ ਪਹਿਲਾਂ ਸਾਲ ਕੋਸ਼ਿਸ਼ ਨਹੀਂ ਕੀਤੀ, ਹੁਣ ਹਫ਼ਤੇ ਦੀ ਉਹਨਾਂ ਦੇ ਕੋਲ ਉਹ ਸੀਲਡ ਕਵਰ ਦੇ ਵਿੱਚ ਰਿਪੋਰਟਸ ਪਈਆਂ ਨੇ। ਸੋ ਮੇਰਾ ਸਾਡਾ ਇਹ ਮੰਨਣਾ ਵਾ ਕਿ ਇਹ ਜਿਹੜੇ ਅਗਰ ਤੁਸੀਂ ਸਹੀ ਫੜਨਾ ਚਾਹੁੰਦੇ ਹੋ ਡਰੱਗ ਜਿਹੜੇ ਮਾਫੀਆ ਨੇ, ਡਰੱਗ ਲੋਰਡਸ ਨੇ, ਤਾਂ ਫਿਰ ਤੁਹਾਨੂੰ ਜਾਂਚ ਉੱਪਰ ਤੱਕ ਜਿਹੜਾ ਰੀੜ ਦੀ ਹੱਡੀ ਰੱਖਣੀ ਚਾਹੀਦੀ ਆ, ਕਿਉਂਕਿ ਇਹ ਇੰਦਰਜੀਤ ਦੇ ਵੱਸ ਦੀ ਗੱਲ ਨਹੀਂ ਸੀ, ਇਹ ਰਾਜਜੀਤ ਦੇ ਵੱਸ ਦੀ ਗੱਲ ਵੀ ਨਹੀਂ ਸੀ, ਕਿਉਂਕਿ ਰਾਜਜੀਤ ਦੇ ਉੱਤੇ ਇਲਜ਼ਾਮ ਅਸਲ 'ਚ ਰਿਪੋਰਟਸ ਵਿੱਚ ਇਹ ਵੀ ਆਇਆ ਕਿ ਉਸਨੇ ਉਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਦੋਂ ਇੰਦਰਜੀਤ ਦੇ ਨਾਲ ਕਨੈਕਸ਼ਨ ਸੀਗਾ, ਉਸਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਈਕੋ ਸਿਟੀ ਜਾਂ ਕਿਹੜੀ ਸਿਟੀ ਵਿੱਚ 3-4 ਪ੍ਰੋਪਰਟੀਜ਼ ਬਣਾਈਆਂ, ਧੜਾਧੜ ਕਰੋੜਾਂ ਰੁਪਏ ਦੀ ਪ੍ਰੋਪਰਟੀਜ਼। ਜਿਹੜਾ ਪੁਲਿਸ ਅਫਸਰ ਆ ਉਹਦੀ ਤਾਂ ਆਮ ਤੌਰ 'ਤੇ ਜਿਹੜੀ ਤਨਖਾਹ ਵਾ ਉਹ 1,00,000 ਰੁਪਈਆ ਹੋਊਗੀ ਵੱਧ ਤੋਂ ਵੱਧ, ਅਤੇ ਜਦੋਂ ਤੁਸੀਂ 4-5 ਕਰੋੜ ਦਾ ਜਾਂ 2-3 ਕਰੋੜ ਦਾ ਪਲੋਟ ਲੈਂਦੇ ਹੋ ਤਾਂ ਫਿਰ ਉਹਦੀ ਜਾਂਚ ਤਾਂ ਬਣਦੀ ਆ ਨਾ ਕਿ ਕਿੱਥੋਂ ਪੁਲਿਸ ਅਫਸਰ ਦੇ ਕੋਲ ਇੰਨੇ ਪੈਸੇ ਆਏ। ਹੋਰ ਬਹੁਤ ਉਹਦੇ 'ਤੇ ਇਲਜ਼ਾਮ ਸੀਗੇ ਉੱਪਰਲੇ ਆਈ ਪੀ ਐੱਸ ਟੋਪ ਅਫਸਰਸ ਦੇ ਨਾਲ ਕੀ ਕਨੈਕਸ਼ਨ ਸੀਗੇ, ਉੱਥੇ ਕੀ ਇਹਨਾਂ ਦੇ ਪਰਸਨਲ ਜਿਹੜੇ ਫੰਕਸ਼ਨਸ ਹੁੰਦੇ ਉਹਦੇ 'ਚ ਰਾਜਜੀਤ ਦਾ ਕੀ ਰੋਲ ਹੁੰਦਾ ਸੀ, ਇਹ ਤਾਂ ਹੁਣ ਕੋਈ ਜਾਂਚ ਦਾ ਵਿਸ਼ਾ ਸਥਾਪਿਤ ਕਰ ਸਕਦਾ। ਤੁਹਾਡੇ ਸਾਹਮਣੇ ਮੈਂ ਬੈਠਾ ਹਾਂ, ਤੁਹਾਨੂੰ ਸਭ ਨੂੰ ਯਾਦ ਹੋਊਗਾ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਸੀ, ਜਦੋਂ ਮੈਂ ਰਾਣੇ ਗੁਰਜੀਤ ਦਾ ਜਿਹੜਾ ਨੱਟ ਕੱਸਿਆ ਚੰਗੀ ਤਰ੍ਹਾਂ ਨਾਲ ਅਤੇ ਉਹਨੂੰ ਅਸਤੀਫਾ ਦੇਣਾ ਪਿਆ, ਮੇਰੇ 'ਤੇ ਮੈਨੂੰ ਇਨਵੋਲਵ ਕਰ ਲਿਆ ਉਸ ਵਕਤ ਦੀ ਸਰਕਾਰਾਂ ਨੇ, ਨਿਜ਼ਾਮ ਨੇ, ਇਸਟੈਬਲਿਸ਼ਮੈਂਟ ਨੇ, ਐੱਨ ਡੀ ਪੀ ਐੱਸ ਫਾਜ਼ਿਲਕਾ ਦੇ ਇੱਕ ਕੇਸ ਦੇ ਵਿੱਚ ਉਲਝਾ ਲਿਆ ਮੈਨੂੰ, ਸਿਰਫ ਟੈਲੀਫੋਨ ਕਾਲ ਰਿਕਾਰਡਸ ਦੇ ਆਧਾਰ 'ਤੇ, ਸਿਰਫ ਟੈਲੀਫੋਨ ਕਾਲ ਰਿਕਾਰਡ 'ਤੇ, ਨਾ ਮੇਰੇ ਕੋਲ ਕੋਈ ਰਿਕਵਰੀ, ਨਾ ਮੇਰਾ ਐੱਫ ਆਈ ਆਰ 'ਚ ਨਾਮ, ਨਾ ਮੇਰਾ ਚਲਾਨ ਵਿੱਚ ਨਾਮ। ਜੇ ਸਰਕਾਰ ਚਾਹੇ ਇੱਕ ਫੋਰਮਲ ਲੀਡਰ ਆਫ ਓਪੋਜੀਸ਼ਨ ਨੂੰ ਜਾਂ ਲੀਡਰ ਆਫ ਓਪੋਜੀਸ਼ਨ ਨੂੰ, ਉਸ ਵੇਲੇ ਤੁਸੀਂ ਸਿਰਫ ਟੈਲੀਫੋਨ ਕਾਲਸ ਦੇ ਆਧਾਰ ਦੇ ਉੱਤੇ 7 ਸਾਲ ਲੱਗੇ ਮੈਨੂੰ ਸੁਪਰੀਮ ਕੋਰਟ ਵਿੱਚ ਜਾ ਕੇ ਖੇੜਾ ਛਡਾਉਣ ਨੂੰ, 7 ਸਾਲ। ਅਤੇ ਜਿਹੜੇ ਬੰਦੇ ਅਸਲ 'ਚ ਇਨਵੋਲਵ ਨੇ, ਜਿਹੜੇ ਇੱਕ ਹੌਲਦਾਰ ਨੂੰ ਪ੍ਰਮੋਟ ਕਰਾ ਕਰਾ ਕੇ ਅਤੇ ਉਸ ਦੇ ਕੋਲੋਂ 5 ਕਿਲੋ ਹੀਰੋਇਨ ਲੱਭ ਜੇ ਜਾਂ 4 ਕਿਲੋ ਹੋਰ ਕੋਈ ਲੱਭ ਜਾਣ ਅਤੇ AK-47 ਰਾਈਫਲ ਲੱਭ ਜਾਣ, ਕੀ ਇਹਦੀ ਜਾਂਚ ਕੋਈ ਨਹੀਂ ਬਣਦੀ? ਸਾਡਾ ਮੰਨਣਾ ਵਾ ਕਿ ਅਗਰ ਇਹ ਜਾਂਚ ਭਗਵੰਤ ਸਿੰਘ ਮਾਨ ਅਗਰ ਜਾਨ ਰੱਖੇਗਾ ਔਰ ਇਹਦੀ ਜਾਂਚ ਪ੍ਰੋਪਰ ਤਰੀਕੇ ਨਾਲ ਕਰਾਵੇਗਾ, ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਬਹੁਤ ਵੱਡੇ ਵੱਡੇ ਅਫਸਰ ਪੁਲਿਸ ਦੇ, ਬਹੁਤ ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਇਸ ਗੱਲ ਵਿੱਚ ਇਨਵੋਲਵ ਨੇ। ਅਤੇ ਜੇ ਉੱਦਾਂ ਮਿੱਟੀ ਪਾਉਣੀ ਆ ਥੱਪਣਾ ਵਾਂ ਅਤੇ ਵਿੱਚੋਂ ਸਿਲੈਕਟਿਵ ਲੀਕੇਜ ਕਰਾ ਕੇ ਅਖਬਾਰਾਂ ਕੋਲ ਲਿਖਾ ਲੈਣਾ ਕਿ ਲਓ ਜੀ ਕਿਸੇ ਦੇ ਖਿਲਾਫ਼ ਕੋਈ ਐਕਸ਼ਨ ਹੀ ਨਹੀਂ ਆਇਆ, ਤਾਂ ਫਿਰ ਮੈਂ ਸਮਝਦਾ ਕਿ ਇਹਦੇ ਨਾਲੋਂ ਮੰਦਭਾਗੀ ਗੱਲ ਨਹੀਂ ਹੋ ਸਕੇਗੀ। ਔਰ ਤੁਸੀਂ ਅੰਦਾਜ਼ਾ ਲਾਓ ਕਿ 40,000 ਕਰੋੜ ਦਾ ਡਰੱਗਸ ਦਾ ਟ੍ਰੇਡ ਹੋਵੇ, 5-6 ਸਾਲ ਸੀਲਡ ਲਿਫਾਫਿਆਂ 'ਚ ਬੰਦ, 1 ਸਾਲ ਸਰਕਾਰ ਬਣੀ ਨੂੰ ਹੋ ਜਾਵੇ, ਹੁਣ 1 ਹਫ਼ਤੇ ਦੀ ਰਿਪੋਰਟ ਭਗਵੰਤ ਸਿੰਘ ਮਾਨ ਕੋਲ, ਔਰ ਜਿਹੜੇ ਅਫਸਰ ਦੇ ਵਿੱਚ ਨਾਮ ਆ ਰਹੇ ਨੇ ਉਹ ਪਲੰਪ ਪੋਜੀਸ਼ਨਸ 'ਤੇ ਬੈਠੇ ਹੋਏ ਨੇ। ਪਲੰਪ ਪੋਜੀਸ਼ਨ ਮਤਲਬ ਕਿ ਇੰਪੋਰਟੈਂਟ ਪੋਸਟਿੰਗਸ ਦੇ ਉੱਤੇ ਅੱਜ ਵੀ ਤੈਨਾਤ ਨੇ, ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਡਰੱਗਸ ਦੇ ਉੱਤੇ, ਕਿਉਂ ਮੈਂ ਪਟਿਆਲੇ ਜੇਲ੍ਹ ਜਦੋਂ ਮੈਨੂੰ ਗ੍ਰਿਫਤਾਰ ਕਰਕੇ ਭੇਜਿਆ ਗਿਆ ਇਸੇ ਡਰੱਗਸ ਰਿਲੇਟਡ ਕੇਸ ਵਿੱਚ, ਈਡੀ ਨੇ ਮੈਨੂੰ ਭੇਜਿਆ ਪਟਿਆਲੇ ਜੇਲ੍ਹ ਵਿੱਚ, 2,000 ਦੇ ਕਰੀਬ ਕੈਦੀ ਸੀਗੇ, ਉਹ 2,000 ਵਿੱਚੋਂ 1,000 ਇਕੱਲੇ ਐੱਨ ਡੀ ਪੀ ਐੱਸ ਦੇ ਕੈਦੀ ਸੀਗੇ।
ਗ੍ਰਾਮ 2 ਗ੍ਰਾਮ 5 ਗ੍ਰਾਮ 10 ਗ੍ਰਾਮ ਮਤਲਬ ਕਹਿਣ ਦਾ ਕਿ ਪੁਲਿਸ ਖਾਨਾ ਪੂਰਤੀ ਕਰਦੇ ਕਰਦੇ ਸਾਰੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਜੇਲ੍ਹ ਵਿੱਚ ਤੱਕਿਆ ਪਰ ਉਹ ਤੱਕੇ ਗਏ ਨੇ ਸਿਰਫ ਜਿਹੜੇ ਡਰੱਗ ਐਡਿਕਟਸ ਕੇ ਜਿਹੜੇ ਮਜਬੂਰ ਲਾਚਾਰ ਬੇਬਸ ਗਰੀਬ ਆਦਮੀ ਜਿਨ੍ਹਾਂ ਜਿਹੜੇ ਲੱਗ ਚੁੱਕੇ ਸੀ ਨਸ਼ੇ ਦੇ ਉੱਤੇ ਪਰ ਨਸ਼ਾ ਕੌਣ ਸਪਲਾਈ ਕਰ ਰਿਹਾ ਪਿੱਛੇ ਇੱਕ ਪ੍ਰੋਪਰ ਚੇਨ ਦੇ ਤਹਿਤ ਉੱਤੋਂ ਲੈ ਕੇ ਥੱਲੇ ਤੱਕ ਕਿਉਂਕਿ ਇਹ ਇਹ ਧੰਦਾ ਬਗੈਰ ਪੇਟਰਨੇਜ ਬਗੈਰ ਸਰਕਾਰ ਦੀ ਸ਼ਹਿ ਤੋਂ ਚੱਲ ਹੀ ਨਹੀਂ ਸਕਦਾ ਇੱਕ ਪੁਲਿਸ ਸਟੇਸ਼ਨ ਵਿੱਚ 50-60-70 ਪਿੰਡ ਹੁੰਦੇ ਨੇ ਤੁਹਾਡਾ ਕੀ ਖਿਆਲ ਹੈ ਕਿ ਉਸ ਐਸ ਐਚ ਨੂੰ ਪਤਾ ਨਹੀਂ ਕਿ ਮੇਰੇ ਇਲਾਕੇ ਦੇ ਵਿੱਚ ਕੌਣ ਕੌਣ ਇਹ ਧੰਦਾ ਕਰ ਰਿਹਾ ਵਾ ਸਭ ਪਤਾ ਹੁੰਦਾ ਉਹਨਾਂ ਨੂੰ ਅੱਛੀ ਤਰ੍ਹਾਂ ਪਰ ਕਿਉਂਕਿ ਉਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਆ ਇਹਦੇ 'ਚ ਬਹੁਤ ਵੱਡੀ ਜਿੱਦਾਂ ਕਿਹਾ 40,000 ਕਰੋੜ ਦਾ 2019 'ਚ ਹੁਣ ਤਾਂ 50-60-70,000 ਕਰੋੜ ਦਾ ਇਹ ਵਪਾਰ ਹੋਊਗਾ ਅਤੇ ਕਿਤੇ ਤਾਂ ਪੈਸਾ ਜਾ ਰਿਹਾ ਨਾ ਇਹ ਸੋ ਇਸ ਕਰਕੇ ਉਹ ਬੰਦੇ ਅਤੇ ਜਿਹੜੇ ਮੇਨ ਕਲਪ੍ਰੇਟ ਸੀਗੇ ਉਹ ਕਿਸੇ ਨੇ ਨਹੀਂ ਫੜੇ ਸੋ ਮੈਂ ਅੱਜ ਇਸ ਮੁੱਦੇ ਦੇ ਉੱਤੇ ਲਾਈਵ ਤਾਂ ਕਰਕੇ ਹੋਇਆ ਵਾਂ ਕਿ ਮੇਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਹ ਦਲੀਲ ਕਹਿ ਲਓ ਅਪੀਲ ਕਹਿ ਲਓ ਫਰਿਆਦ ਕਹਿ ਲਓ ਕਿ ਤੁਸੀਂ ਇਸ ਦੀ ਪੂਰੀ ਜਾਂਚ ਕਰੋ ਜੇ ਤੁਸੀਂ ਡਰੱਗਸ ਦੇ ਧੰਦੇ ਨੂੰ ਬੇਨਕਾਬ ਕਰਨਾ ਚਾਹੁੰਦੇ ਹੋ ਤਾਂ ਹੀ ਉਹ ਬੰਦ ਹੋਊਗਾ ਨਾ ਜੇ ਪਾਵਰਫੁੱਲ ਲੋਕਾਂ ਨੂੰ ਸਜ਼ਾ ਮਿਲੂਗਾ ਤਾਂ ਹੀ ਉਹ ਥੱਲੜੇ ਡਰਨਗੇ ਅਤੇ ਜੇ ਇਕੱਲੇ ਇੰਦਰਜੀਤ ਤਾਂ ਇੱਕ ਹੌਲਦਾਰ ਤਾਂ ਜਾਂਚ ਰੁਕ ਗਈ ਅਤੇ ਫਿਰ ਜਿਹੜੇ ਉੱਤੇ ਬੈਠੇ ਸੀ ਜਿਨ੍ਹਾਂ ਨੇ ਪੈਸੇ ਕਮਾਏ ਪ੍ਰੋਪਰਟੀਜ਼ ਬਣਾਈਆਂ ਧੰਦੇ 'ਚੋਂ ਦੇ ਨਾਲ ਜੁੜੇ ਰਹੇ ਫਿਰ ਕਿਸੇ ਨੂੰ ਕੀ ਡਰ ਹੋਵੇਗਾ ਇਹ ਹੁਣ ਸਭ ਤੋਂ ਵੱਡਾ ਇਮਤਿਹਾਨ ਦੀ ਘੜੀ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੂਜੀਆਂ ਗੱਲਾਂ ਕਿ ਕਲੀਨਿਕਾਂ ਬਣਾਉਣੀਆਂ ਜੀ ਆਹ ਕਰਨਾ ਇਹ ਛੋਟੀਆਂ ਗੱਲਾਂ ਨੇ ਜਿਸ ਮੈਨਸ ਨੇ ਸਾਡੀ ਇੱਕ ਪੂਰੀ ਪੀੜ੍ਹੀ ਨੂੰ ਤਬਾਹ ਕੀਤਾ ਔਰ ਹੁਣ ਵੀ ਉਹ ਲਗਾਤਾਰ ਕੰਸਿਸਟੈਂਟਲੀ ਸਾਰੇ ਪੰਜਾਬ ਦੇ ਵਿੱਚ ਡਰੱਗਸ ਅੱਜ ਮੈਂ ਫਿਰ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਕਿਤੇ ਹੀ ਕੋਈ ਰੁਕਿਆ ਨਹੀਂਗਾ ਜਿੱਦਾਂ ਡਰੱਗਸ ਪਹਿਲਾਂ ਚੱਲਦੇ ਸੀ ਬਿਲਕੁਲ ਉਸੇ ਤਰਜ਼ ਦੇ ਉੱਤੇ ਡਰੱਗਸ ਅੱਜ ਵੀ ਪੰਜਾਬ ਦੇ ਵਿੱਚ ਚੱਲਦੇ ਹਨ ਇਹ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਸਰਕਾਰ ਇਸ ਦੀ ਪੂਰੀ ਕੋਖ ਕਰਕੇ ਜਿੱਥੇ ਲੋਜੀਕਲ ਕੰਕਲੂਜਨ 'ਤੇ ਜਾਂਚ ਪਹੁੰਚਣੀ ਚਾਹੀਦੀ ਚਾਹੇ ਉਹਦੇ 'ਚ ਪੋਲੀਟੀਕਲ ਬੰਦੇ ਆਉਂਦੇ ਨੇ ਕਿਸੇ ਦਾ ਵੀ ਨਾਮ ਆਉਂਦਾ ਵਾ ਭਾਵਾਂ ਕੋਈ ਮਿਨਿਸਟਰ ਆ ਕੋਈ ਫਾਰਮਰ ਮਿਨਿਸਟਰ ਆ ਕੋਈ MLA ਹੈ ਸਭ ਦੀ ਜਾਂਚ ਹੋਵੇ ਤਾਂ ਕਿ ਜਿਹੜਾ ਅਸਲ ਡਰੱਗਸ ਦਾ ਮਸਲਾ ਉਹਨੂੰ ਨੱਥ ਪਾਈ ਜਾ ਸਕੇ ਇਹ ਮੈਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀਗੇ ਅਗਰ ਤੁਹਾਨੂੰ ਲੱਗੀਆਂ ਮੇਰੀਆਂ ਗੱਲਾਂ ਕਿ ਠੀਕ ਹੈ ਤਾਂ ਇਸ ਨੂੰ ਸ਼ੇਅਰ ਕਰੋ ਤਾਂ ਕਿ ਪਾਵਰ ਕੋਰੀਡੋਰਸ ਤੱਕ ਪਹੁੰਚ ਸਕੇ ਉਹਨਾਂ ਦੀ ਮਜਬੂਰੀ ਬਣ ਜਾਏ ਕਿ ਉਹ ਜਾਂਚ ਕਰਨ ਵੱਡੇ ਵੱਡੇ ਅਫਸਰਾਂ ਦੀ ਜਾਂਚ ਕਰਨ ਔਰ ਉਹਨਾਂ ਤੱਕ ਜਿਹੜੀ ਹੈਗੀ ਆ ਅਸਲ ਕਲਪ੍ਰੇਟਸ ਜਿਹੜੇ ਨੇ ਉਹ ਬੇਨਕਾਬ ਕੀਤੇ ਜਾਣ ਮੈਂ ਨਹੀਂ ਮੰਨਦਾ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਇੱਕ ਹੌਲਦਾਰ ਜਿਹੜਾ ਆਊਟ ਆਫ ਟਰਨ ਪ੍ਰਮੋਸ਼ਨ ਦੇ ਕੇ 4 ਵਾਰ ਪ੍ਰਮੋਸ਼ਨਾਂ ਦੇ ਕੇ ਇੰਸਪੈਕਟਰ ਬਣਾਤਾ ਕਿ ਇਕੱਲਾ ਉਹੀ ਇੱਕ ਸਾਰੇ ਡਰੱਗਸ ਦਾ ਧੰਦੇ ਦਾ ਸਰਗਨਾ ਸੀਗਾ ਇਹ ਮੈਂ ਸਾਰਾ ਕੁਝ ਕਹਿਣ ਤੋਂ ਬਾਅਦ ਇਹ ਤੁਹਾਡੀ ਕਚਹਿਰੀ 'ਚ ਛੱਡ ਦਿੰਦਾ ਵਾਂ ਕਿ ਤੁਸੀਂ ਫੈਸਲਾ ਕਰਨਾ ਵਾਂ ਕਿ ਕੌਣ ਅਤੇ ਕਿਹੜੀ ਸਰਕਾਰ ਇਸ ਨੂੰ ਨੱਥ ਪਾ ਸਕੇਗੀ ਕਿ ਕੀ ਇਹ ਸਰਕਾਰ ਭਗਵੰਤ ਮਾਨ ਦੀ ਕਾਰਵਾਈ ਕਰਨ ਯੋਗ ਹੈ ਇਹਦਾ ਇਮਤਿਹਾਨ ਦੀ ਕੜੀ ਹੈ ਹੁਣ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ 'ਚ ਕਿ ਇਕੱਲਾ ਟਵੀਟ ਕਰਕੇ ਹੀ ਛੱਡ ਦੇਣਾ ਕਿ ਅਸੀਂ ਐਕਸ਼ਨ ਲਵਾਂਗੇ ਅੱਜ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਬੋਕਰ ਪਾਰਟੀ ਵਾਲੇ ਨੇ ਅਗਰ ਉਹਨਾਂ ਨੂੰ ਕੋਈ ਦੁੱਖ ਲੱਗਦਾ ਮੇਰੀਆਂ ਗੱਲਾਂ ਤੋਂ ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਤੁਸੀਂ ਦੂਰ ਰਿਹਾ ਕਰੋ ਵੈਸੇ ਹੁਣ ਮੈਂ ਦੇਖ ਲਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਅਸਲ ਕਾਰਕੁਨ ਹੈ ਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੱਲੇ ਕੁਛ ਨਹੀਂ ਗਾ ਸਾਡੀ ਕਦੀ ਵਾਰੀ ਨਹੀਂ ਆਉਣੀ ਆ ਹੁਣੇ ਇਲੈਕਸ਼ਨ ਲੜਾਉਣੀ ਸੀ ਮਤਲਬ 15 ਲੱਖ ਵੋਟਰ ਆ ਜਲੰਧਰ ਲੋਕ ਸਭਾ ਦੇ ਵਿੱਚ ਕੋਈ ਬੰਦਾ ਨਹੀਂ ਲੱਭਾ ਇਹਨਾਂ ਨੂੰ ਜਿਹੜਾ ਝਾੜੂ ਦਾ ਵਫਾਦਾਰ ਆਦਮੀ ਜਿਹੜਾ ਦਰੀਆਂ ਚੱਕਦਾ ਰਿਹਾ ਕੋਈ ਬੰਦਾ ਨਹੀਂ ਲੱਭਾ ਤਾਂ ਹਾਰ ਕੇ ਇੱਕ ਦਾਗੀ ਸਾਡਾ ਇੱਕ ਕਾਂਗਰਸੀ ਆ ਜਿਹੜਾ ਮੈਂ ਪਹਿਲਾਂ ਵੀ ਨਾਂ ਲਿਆ ਉਹਦਾ ਇੱਕ ਦਾਗੀ ਚੇਲਾ ਅੱਗੇ ਉਹਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਇਟ ਸ਼ੋਜ਼ ਦ ਬੈਂਕਰਪਸੀ ਆਫ ਆਮ ਆਦਮੀ ਪਾਰਟੀ ਬਟ ਅੱਜ ਮੈਂ ਉੱਧਰ ਜਾਣਾ ਨਹੀਂ ਚਾਹੁੰਦਾ ਅੱਜ ਮੇਰਾ ਮਸਲਾ ਸਿਰਫ ਇਹ ਕਿ ਭਗਵੰਤ ਸਿੰਘ ਮਾਨ ਕੀ ਡਰੱਗਸ ਦੀ SIT ਰਿਪੋਰਟਸ ਖੋਲ੍ਹ ਕੇ ਪੁਖਤਾ ਸੋਲਿਡ ਕੰਕਲੂਸਿਵ ਜਾਂਚ ਕਰਵਾ ਸਕਦਾ ਹੈ ਕਿ ਨਹੀਂ ਕਰਵਾ ਸਕਦਾ ਧੰਨਵਾਦ ਸਾਡੇ ਨਾਲ ਜੁੜਨ ਲਈ